सेहत मंत्री बलबीर सिंह सिद्धू वालों पत्रकार नाल गलबात करदिआं आख्या गया कि कोविड 19 जो कि इस वेले दी सब तो वड्डी भयानक अते नामुराद बीमारी बन चुकी है, जिस दी रोकथाम लई उन्हां वालों सर्किट हाउस विखे सेहत अधिकारियां अते राजसी हस्तियां नाल मीटिंग कीती गई, जिस दौरान उन्हां लोकां नूं इस दुख दी घड़ी विच इक दूसरे दा साथ देण लई गल आखी गई अते आख्या गया कि सरकार वालों लोकां नूं इस महामारी तों बचाव लई हर संभव उपराला कीता जा रिहा है अते लोक इस महामारी तों बचाव लई सरकार वालों जारी कीतियां गईयां हिदायतां ते अमल करन। इस मौके डिप्टी कमिश्नर शिवदुलार सिंह ढिल्लो, पंजाब वेयरहाउसिंग कारपोरेशन दे चेयरमैन अते विधायक डॉक्टर राजकुमार वेरका, विधायक सुनील दत्ती, विधायक तरसेम सिंह डीसी, अमृतसर इंप्रूवमेंट ट्रस्ट दे चेयरमैन दिनेश बसी, अमृतसर दे मेयर करमजीत सिंह रिंटू, कौंसलर सोनू दत्ता भी मौजूद सन। जो पहले बड़े बड़े जिहड़े मुल्कां दे जिवें इटली वर्गा मुल्क सी जां स्पेन सी जां यूके सी जां यूएसए सी, ਉਹ ਸਾਰਿਆਂ ਦੇ ਹੱਥ ਖੜੇ ਹੋੜੇ ਕਰਾਏ ਹੋਏ ਨੇ, ਲੇਕਿਨ ਫਿਰ ਵੀ ਪਰਮਾਤਮਾ ਦੀ ਕਿਰਪਾ ਆਪਣੇ 'ਤੇ ਕਿ ਜਿਹੜਾ ਅੱਜ ਸਿਸਟਮ ਹੈ ਇਹਨੂੰ ਆਪਾਂ ਠੀਕ ਕਿਵੇਂ ਤਰੀਕੇ ਨਾਲ ਸਾਰਿਆਂ ਦਾ ਟ੍ਰੀਟਮੈਂਟ ਕਰਨਾ। ਅਸੀਂ ਤਿੰਨ ਉਸ 'ਤੇ ਜਿਹੜਾ ਟੀ ਦੇ ਕੰਮ ਟਰੇਸ ਟੈਸਟ ਔਰ ਟ੍ਰੀਟਮੈਂਟ 'ਤੇ ਕੰਮ ਕਰ ਰਹੇ ਹਾਂ। ਅੱਜ ਤੱਕ ਤਕਰੀਬਨ 22-23 ਬੰਦੇ ਇੱਥੇ ਗਵਾ ਚੁੱਕੇ ਹਾਂ, 4000 ਤੋਂ ਉੱਤੇ 4100 ਕੁਛ ਬੰਦੇ ਜਿਹੜੇ ਕਿ ਹਜ਼ੂਰ ਸਾਹਿਬ ਵਾਲੇ ਪਾਸਿਓਂ ਆਏ ਨੇ। ਅਤੇ ਉਹ ਜਿਹੜੇ ਬੰਦੇ ਆਏ ਸੀ, ਜਦੋਂ ਉਹਨਾਂ ਦੇ ਵਿੱਚ ਅਸੀਂ ਦੇਖਿਆ ਤਾਂ ਆਉਂਦਿਆਂ ਨੂੰ ਸਾਰਿਆਂ ਨੂੰ ਵੱਖਰੀ ਵੱਖਰੀ ਜਗ੍ਹਾ 'ਤੇ ਰੱਖਿਆ ਗਿਆ। ਜਿਵੇਂ ਤਕਰੀਬਨ ਅੱਜ 3400 ਦੇ ਕਰੀਬ ਜਿਹੜੇ ਉਹਦੇ ਟੈਸਟ ਹੋ ਚੁੱਕੇ ਨੇ, 3400 ਦਾ ਰਿਜ਼ਲਟ ਹੈ, ਬਾਕੀ ਦੇ ਜਿਹੜੇ ਰਿਜ਼ਲਟ ਅਵੇਟਡ ਨੇ। ਅਤੇ ਉਹਦੇ 'ਚ ਸ਼ਾਇਦ ਸ਼ਾਮ ਤੱਕ ਜਿਹੜੇ ਰਿਜ਼ਲਟ ਆਉਣਗੇ ਹੋਰ ਥੋੜ੍ਹੇ ਬਹੁਤੇ ਵੱਧ ਸਕਦੇ ਆ, ਪਰ ਇਹ ਹੈ ਕਿ ਵੀ 30-35% ਜਿਹੜਾ ਸਾਡਾ ਜਿਹੜਾ ਉੱਥੋਂ ਬੰਦੇ ਆਏ ਨੇ ਉਹ ਇਨਫੈਕਟਡ ਪਾਏ ਗਏ ਨੇ, ਪਰ ਉਹਨਾਂ ਸਾਰਿਆਂ ਨੂੰ ਪ੍ਰੋਪਰ ਵੇ ਨਾਲ ਅਸੀਂ ਸੈਂਪਲਿੰਗ ਕਰਕੇ ਉਸ ਤੋਂ ਬਾਅਦ ਟੈਸਟ ਹੋਏ ਨੇ। ਟੈਸਟ ਹੋਣ ਤੋਂ ਬਾਅਦ, ਰਿਜ਼ਲਟ ਆਉਣ ਤੋਂ ਬਾਅਦ ਜਿਹੜੇ ਇਨਫੈਕਟਡ ਸੀਗੇ ਉਹ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤੇ ਜਾ ਰਹੇ ਨੇ, ਜਿਹੜੇ ਡਿਸਇਨਫੈਕਟਡ ਸੀਗੇ ਅਤੇ ਉਹਨਾਂ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਜਾ ਰਿਹਾ ਅਤੇ ਰੱਖੇ ਜਾਣਗੇ।